रवनीत सिंह बिट्टू एक ऐसा नाम है जिन्हें राजनीतिक कैरियर विरासत में मिला है, और उन्होंने अपनी सियासी जिंदगी का सफर कैसे शुरू किया और उनके इस सफर में उनके परिवार का कितना अहम योगदान रहा, और हमने भी जाना उनकी निजी जिंदगी के बारे में। साथ ही उन्होंने अपने पारिवारिक व राजनीति के सुनहरी पलों को याद करते हुए बताया कि राहुल गांधी ही उन्हें राजनीति में लेकर आए थे, और इसके साथ ही अपने कीमती समय में वे अपने परिवार के लिए कैसे समय निकालते हैं और अपनी निजी जिंदगी और सियासी जिंदगी में वे कैसे तालमेल बनाकर रखते हैं। आइए जानते हैं उनकी जिंदगी के कुछ सीक्रेट्स और वो इतना सब कुछ कैसे मैनेज करते हैं, जानते हैं रवनीत सिंह बिट्टू से। देखो मैं तो परिवार को टाइम तो थोनों पता भी सियासी बंदा कोई भी होवे मैं अपनी गल नहीं करता, लोगों के लिए टाइम होंदा फैमिली के लिए कोई टाइम पॉलिटिकल बंदे को होंदा नहीं गा। तो मैं मेरे वाइफ या मेरे जो बच्चे आ एक बेटा है वो दिल्ली पढ़ते हैं, तो इस करके जदों कोई मीटिंग होंगी है दिल्ली या पार्लीमेंट सैशन होंदा उदों ही जाने का मौका मिलता, नहीं तो मैं लुधियाने ही हूँ, तो इस करके फैमिली बहुत इस कोई शक नहीं भी पोलिटिकल बंदे दे जिहड़े परिवार फैमलियां वो इग्नोर हो जांदियां, पर फिर तुसीं अपनी मर्जी ना आए हुंदे हो, किसी ने तुहानूं जबरदस्त इस फील्ड च लैके नहीं आंदा, तुसीं अपनी मर्जी ना समाज सेवा लोगों की सेवा लई आउंदे हो, तो फिर जदों तुसीं इस चीज़ नूं देखदे हो फिर थोड़ा सारा जिहड़ा सियासत जीवन दे विच जिहड़े सारे लोग हुंदे उही थोड़ा परिवार हुंदा उहदे नाल ही तुहानूं सारी सुख शांति उहनां दे विच बहि के उहनां 'च ही जदों ਗੱਲਾਂ ਬਾਤਾਂ ਉਹਨਾਂ ਨਾਲ ਹੁੰਦੀਆਂ ਇੱਕ ਰਿਸ਼ਤੇ ਬਣ ਜਾਂਦੇ ਆ ਉਹੀ ਪਰਿਵਾਰ ਬਣ ਜਾਂਦਾ ਉਹਨਾਂ 'ਚੋਂ ਖੁਸ਼ੀ ਮਿਲਣ ਲੱਗ ਜਾਂਦੀ ਹੈ। ਜਿੱਦਣ ਤੋਂ ਜੰਮੇ ਆ ਉਦਣ ਤੋਂ ਇਹੀ ਦੇਖਦੇ ਹਾਂ ਵੀ ਲੋਕਾਂ ਦੇ ਕੰਮ ਲੋਕ ਸੇਵਾ ਕਿਸ ਤਰੀਕੇ ਨਾਲ ਹੁੰਦੀ ਆ, ਅਤੇ ਫਿਰ ਜਦੋਂ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ ਅਸੀਂ ਬੜੇ ਛੋਟੇ ਸੀਗੇ, ਅਤੇ ਕੋਈ ਨਾ ਕੋਈ ਉਸ ਵੇਲੇ ਹਾਲਾਤ ਜਿਹੜੇ ਸੀ ਉਹ ਵੀ ਬੜੇ ਮਾੜੇ ਸੀ ਤੁਹਾਨੂੰ ਪਤਾ ਹੈ, ਅਤੇ ਉਦੋਂ ਬਾਅਦ ਮੈਂ ਰਾਹੁਲ ਗਾਂਧੀ ਜੀ ਨੂੰ ਮਿਲਣ ਗਿਆ ਅਤੇ ਉਹਨਾਂ ਨੇ ਪ੍ਰੇਰਿਆ ਵੀ ਜ਼ਰੂਰ ਤੁਸੀਂ ਜਦੋਂ ਤੁਹਾਡੇ ਸਰਦਾਰ ਬੇਅੰਤ ਸਿੰਘ ਜੀ ਦਾ ਐਡਾ ਵੱਡਾ ਲੈਗੇਸੀ ਹੈ ਐਡਾ ਵੱਡਾ ਨਾਂ ਆ ਤਾਂ ਉਹਨਾਂ 'ਚ ਤੁਹਾਨੂੰ ਅਗਲੀ ਪੀੜ੍ਹੀ ਨੂੰ ਜਨਰੇਸ਼ਨ ਨੂੰ ਜ਼ਰੂਰ ਪੋਲੀਟਿਕਸ 'ਚ ਆਉਣਾ ਚਾਹੀਦਾ, ਕਿਸੇ ਨੂੰ ਵੀ ਕਿਸੇ ਨੂੰ ਸੇਵਾ ਕਰਨੀ ਚਾਹੀਦੀ ਆ। ਅਤੇ ਉਹ 2008 ਦੇ ਵਿੱਚ ਇੱਥੇ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ ਪਹਿਲੀ ਵਾਰ ਸਾਰੇ ਦੇਸ਼ ਦੇ ਵਿੱਚ ਇਨਰ ਡੈਮੋਕ੍ਰੇਸੀ ਬਹਾਲ ਕਰਨ ਲਈ, ਅਤੇ ਮੈਂ ਉਹ 2008 'ਚ ਮੈਂ ਇਲੈਕਸ਼ਨ ਲੜੀ ਯੂਥ ਕਾਂਗਰਸ ਦੀ, ਅਤੇ ਸਾਰੇ ਪੰਜਾਬ ਦੇ ਵਿੱਚ 3000 ਤੋਂ ਉੱਤੇ ਡੈਲੀਗੇਟ ਬਣੇ, ਵੋਟਾਂ ਪਈਆਂ ਅੰਮ੍ਰਿਤਸਰ ਦੇ ਵਿੱਚ ਵੋਟਾਂ ਪਈਆਂ, ਰਾਹੁਲ ਗਾਂਧੀ ਆਪ ਉੱਥੇ ਆਏ, ਅਤੇ ਮੈਂ ਅਤੇ ਰਾਜਾ ਬੜਿੰਗ, ਵਿਜੇਂਦਰ ਸਿੰਗਲਾ ਉਸ ਵੇਲੇ ਡੈਨੀ, ਅਸੀਂ ਇਕੱਠੇ ਸਭ ਇਲੈਕਸ਼ਨਾਂ ਲੜੇ, ਅਤੇ ਮੈਂ ਉਹ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ, ਉਹ ਇਲੈਕਸ਼ਨ ਜਿੱਤਿਆ। ਉਦੋਂ 4 ਮਹੀਨੇ ਬਾਅਦ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸੀ, 2009 ਦੀ ਗੱਲ ਆ, ਅਤੇ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਇਹ ਫੈਸਲਾ ਕੀਤਾ ਵੀ ਜਿਹੜੇ ਨੌਜਵਾਨ ਨੇ, ਕਿਉਂਕਿ ਇੱਕ ਯੰਗ ਦੇਸ਼ ਆਪਣਾ ਅੱਜ 70% ਤੋਂ ਉੱਤੇ ਵਾਧੀ ਨੌਜਵਾਨਾਂ ਦੀ ਆ, ਉਸ ਵੇਲੇ ਕੋਈ ਨੌਜਵਾਨਾਂ ਨੂੰ ਟਿਕਟਾਂ ਦੀ ਹਜੇ ਬਹੁਤ ਪਾਰਲੀਮੈਂਟ 'ਚ ਸੋਚ ਨਹੀਂ ਹੁੰਦੀ ਸੀ ਕਿਸੇ ਦੀ, ਪਰ ਉਹਨਾਂ ਨੇ ਹਿੰਮਤ ਕਰਕੇ 3 ਟਿਕਟਾਂ ਉਸ ਵੇਲੇ ਯੂਥ ਕਾਂਗਰਸ ਨੂੰ ਲੁਧਿਆਣੇ 'ਚ ਦਿੱਤੀਆਂ। 2009 'ਚ ਮੈਂ ਅਨੰਦਪੁਰ ਸਾਹਿਬ ਤੋਂ MP ਬਣੇ ਆ, ਇਸ ਤਰੀਕੇ ਨਾਲ ਮੇਰੀ ਸ਼ੁਰੂਆਤ ਆ ਜਿਹੜੀ ਪੋਲੀਟਿਕਸ 'ਚ ਹੋਈ। ਦੇਖੋ ਕਈ ਗੱਲਾਂ ਨੇ ਜਿਹੜੀਆਂ ਕਈ ਵਾਰ ਇਹ ਵੀ ਜ਼ਰੂਰੀ ਹੁੰਦੀ ਆ, ਜੇ ਅਸੀਂ ਮੂਹਰੇ ਚਿਹਰਾ ਆਏ ਪਰ ਪਿਛਲੇ ਪਾਸੇ ਜਿਹੜੀ ਸਪੋਰਟ ਹੁੰਦੀ ਆ ਨਾ ਉਹ ਫੈਮਿਲੀ ਦੀ ਹੁੰਦੀ ਆ ਬਰਾਬਰ, ਉਹਨਾਂ ਦਾ ਕੰਟਰੀਬਿਊਸ਼ਨ ਵੀ ਓਨਾ ਹੀ ਹੁੰਦਾ ਜਿੰਨਾ ਸਾਡਾ ਹੈ। ਅਤੇ ਮੇਰਾ ਬੇਟਾ ਇਸ ਵਾਰ 6th ਕਲਾਸ 'ਚ ਹੋਇਆ ਹੈ, ਛੋਟਾ ਹੈ, 11 ਸਾਲਾਂ ਦਾ ਹੈ, ਅਤੇ ਇਸ ਵਾਰ ਜਿਹੜਾ ਹੁਣ ਐਗਜ਼ਾਮ ਹੋਏ ਨੇ ਅਤੇ ਇਸ ਵਾਰ ਉਹ 6th ਦੇ ਵਿੱਚ ਹੋਇਆ, ਅਤੇ ਦਿੱਲੀ 'ਚ ਉਹ ਉੱਥੇ ਪੜ੍ਹਦਾ ਹੈ, ਅਤੇ ਬਹੁਤ ਹੀ ਮੈਂ ਸਮਝਦਾ ਉਹ ਐਜੂਕੇਸ਼ਨ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਆ, ਅਤੇ ਉਹਦਾ ਕੋਈ ਇੰਟਰਸਟ ਜਿਹੜਾ ਪੋਲੀਟਿਕਸ ਦੇ ਵਿੱਚ ਜਾਂ ਇਸ ਵੇਲੇ ਰੁਚੀ ਉਹਦੀ ਨਹੀਂ ਗੀ। ਇਹ ਗੱਲ ਤੁਹਾਡੀ ਠੀਕ ਆ ਵੀ ਜਦੋਂ ਵੀ ਕੋਈ ਸਪੋਰਟਸ ਡੇ ਐਨੁਅਲ ਫੰਕਸ਼ਨ ਮੈਂ ਜਿਵੇਂ ਦੱਸਿਆ, ਜਿਵੇਂ ਕੋਈ ਵੀ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਆ ਅਤੇ ਹਰ ਦੇ ਪੇਰੈਂਟਸ ਨਾਲ ਜਾਂਦੇ ਆ, ਅਤੇ ਇਹ ਕੁਐਸਚਨ ਜ਼ਰੂਰ, ਕਿਉਂਕਿ ਉਹ ਮੇਰੇ ਨਾਲ ਤਾਂ ਨਹੀਂ ਸਿੱਧੀ ਗੱਲ ਕਰਦਾ ਪਰ ਮੈਨੂੰ ਜ਼ਰੂਰ ਮੇਰੇ ਵਾਈਫ ਦੱਸਦੇ ਆ ਵੀ ਇਸ ਗੱਲ ਦਾ ਜ਼ਰੂਰ ਬਾਰ ਬਾਰ ਪੁੱਛਿਆ ਜਾਂਦਾ ਵੀ ਹਰ ਦੇ ਫਾਦਰ ਨੇ ਜਿਹੜੇ ਉਹ ਮੀਟਿੰਗ 'ਚ ਪਹੁੰਚੇ ਹੁੰਦੇ ਆ ਜਾਂ ਫੰਕਸ਼ਨ 'ਚ ਪਹੁੰਚੇ ਹੁੰਦੇ ਆ, ਅਤੇ ਵੀ ਮੇਰੇ ਫਾਦਰ ਕਿਉਂ ਨਹੀਂ ਹੁੰਦੇ, ਵੀ ਉਹ ਇਹੋ ਜਿਹੀ ਕਿਹੜੀ ਜੌਬ ਕਰਦੇ ਆ, ਬਾਕੀ ਜੌਬ ਜਿਹੜੇ ਕਰਦੇ ਆ ਸੈਟਰਡੇ ਸੰਡੇ ਉਹਨਾਂ ਨੂੰ ਛੁੱਟੀ ਹੁੰਦੀ ਆ ਅਤੇ ਹੋਰ ਛੁੱਟੀਆਂ ਵੀ ਹੁੰਦੀਆਂ ਨੇ, ਪਰ ਉਹ ਇਹੋ ਜਿਹੀ ਕਿਹੜੀ, ਕਿਉਂਕਿ ਹਜੇ ਉਹਨੂੰ ਕੀ ਸਮਝ ਇਸ ਗੱਲ ਬਾਰੇ ਵੀ ਪੋਲੀਟਿਕਸ ਦੀ ਕੀ ਆ, ਵੀ ਇਹੋ ਜਿਹੀ ਕਿਹੜੀ ਜੌਬ ਕਰਦੇ ਆ ਜਿਹਦੇ ਵਿੱਚ ਉਹਨਾਂ ਨੂੰ ਕਦੇ ਛੁੱਟੀ ਨਹੀਂ ਹੁੰਦੀ। ਇਹ ਕੁਐਸਚਨ ਹੁੰਦੇ ਆ, ਇਹ ਇਸ ਫੈਮਿਲੀਆਂ ਦੇ ਵਿੱਚ ਸਾਨੂੰ ਜ਼ਰੂਰ ਔਕੜਾਂ ਤਕਲੀਫ ਸਾਹਮਣੇ ਕਰਨੀ ਪੈਂਦੀ ਆ, ਜਵਾਬ ਕਈ ਵਾਰ ਬੱਚਿਆਂ ਦੇ ਐਸੇ ਬੱਚੇ ਪ੍ਰਸ਼ਨ ਪੁੱਛਦੇ ਆ ਜਿਹਦਾ ਕੋਈ ਆਂਸਰ ਨਹੀਂ ਹੁੰਦਾ, ਬਟ ਠੀਕ ਆ। ਪਰ ਜੇ ਲੋਕ ਸੇਵਾ ਜਾਂ ਲੋਕਾਂ ਲਈ ਸਰਦਾਰ ਬੇਅੰਤ ਸਿੰਘ ਜੀ ਜਿਵੇਂ ਅਸੀਂ ਤਾਂ ਸ਼ਹੀਦੀ ਪਰਿਵਾਰ ਆ, ਜਾਨ ਦੇ ਤੀ ਆਪਣੀ, ਇਹ ਤਾਂ ਛੋਟੀਆਂ ਚੀਜ਼ਾਂ ਹੈ,
ਅਤੇ ਆਪਣੇ ਆਪ ਹੈਂਡਲ ਆ ਜਿਹੜੇ ਉਹ ਮੇਰੇ ਮਦਰ ਅਤੇ ਜਿਹੜੇ ਵਾਈਫ ਨੇ ਉਹ ਚੀਜ਼ਾਂ ਨੂੰ ਆਪਣੇ ਆਪ ਹੈਂਡਲ ਕਰ ਲੈਂਦੇ ਆ, ਉਹਨਾਂ ਨੂੰ ਪਤਾ ਕਿਵੇਂ ਇਸ ਚੀਜ਼ਾਂ ਨੂੰ ਹੈਂਡਲ ਕਰਨਾ ਹੈ। ਬਹੁਤ ਗੱਲਾਂ ਜਿਹੜੀਆਂ ਇਹ ਫੈਮਿਲੀ ਦੀਆਂ ਬਾਹਰ ਨਹੀਂ ਵੀ ਰੱਖ ਪਬਲਿਕ ਲਾਈਫ ਦੇ ਵਿੱਚ ਅੱਜ ਕਿਤੇ ਅੰਬਾਲੀ, ਕਿਉਂਕਿ ਅੱਜ ਕੱਲ੍ਹ ਹੋਰ ਹੀ ਚੀਜ਼ਾਂ ਮਗਰ ਜਿਹੜਾ ਹੈ ਉਹ ਪਏ ਰਹਿੰਦੇ ਆ, ਅਤੇ ਜਿਹੜੀ ਅਸਲੀ ਮੈਂ ਸਮਝਦਾ ਪੋਲੀਟੀਕਲ ਬੰਦਾ ਇਹਦੀਆਂ ਜਿਹੜੀਆਂ ਕਿਸ ਤਰੀਕੇ ਨਾਲ ਉਹ ਸੇਵਾ ਕਰਦਾ, ਕਿਸ ਤਰੀਕੇ ਨਾਲ ਉਹਦੀਆਂ ਫੈਮਿਲੀ ਲਾਈਫ ਆ ਜਿਹੜੀਆਂ ਕੀ ਪ੍ਰੋਬਲਮਸ ਆਉਂਦੀਆਂ, ਉਹ ਵੀ ਜ਼ਰੂਰ ਮੀਡੀਆ ਨੂੰ ਵੀ ਜਿਵੇਂ ਤੁਸੀਂ ਅੱਜ ਇਹ ਗੱਲਾਂ ਅੱਗੇ ਰੱਖ ਰਹੇ ਹੋ, ਮੈਂ ਸਮਝਦਾ ਮੈਂ ਤੁਹਾਡਾ ਧੰਨਵਾਦੀ ਹਾਂ ਇਸ ਗੱਲ 'ਚ ਵੀ ਉਹਨਾਂ ਦਾ ਰੋਲ ਸਭ ਤੋਂ ਵੀ ਵੱਧ ਵੱਡਾ ਰੋਲ ਹੁੰਦਾ ਹੈ ਘਰ ਦੇ ਵਿੱਚ। ਜਦੋਂ ਸਾਰਾ ਸਾਰਾ ਦਿਨ ਕਈ ਕਈ ਹਫ਼ਤੇ ਅਸੀਂ ਵਾਪਸ ਨਹੀਂ ਜਾਂਦੇ, ਮੈਂ ਸਮਝਦਾ ਇੱਕ ਦਿਨ ਵੀ ਜੇ ਕਿਸੇ ਦਾ ਹਸਬੈਂਡ ਜਾਂ ਕਿਸੇ ਦਾ ਬਜ਼ੁਰਗ ਕੋਈ ਘਰ ਨਾ ਆਵੇ ਤਾਂ ਫਿਕਰ ਲੱਗਿਆ ਰਹਿੰਦਾ। ਅਸੀਂ ਸਾਰਾ ਦਿਨ ਬਾਹਰ, ਜਿਹੜੀ ਸਾਡੀ ਲਾਈਫ ਆ, ਜ਼ਿੰਦਗੀ ਆ ਪੋਲੀਟੀਕਲ ਬੰਦੇ ਦੀ, ਅਤੇ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੇ ਵੱਡੇ ਦਿਲ ਨੇ, ਉਹ ਇਸ ਗੱਲ ਨੂੰ ਸਹਿਣ ਵੀ ਕਰਦੇ ਆ, ਪਰ ਹਰੇਕ ਵਾਈਫ ਤਾਂ ਇਹ ਚਾਹੁੰਦੀ ਹੁੰਦੀ ਆ ਵੀ ਮੇਰੇ ਹਸਬੈਂਡ ਜਦੋਂ, ਕਿਉਂਕਿ ਉਹ ਕੋਈ ਪੋਲੀਟੀਕਲ ਫੈਮਿਲੀ 'ਚੋਂ ਨਹੀਂ ਗਏ, ਉਹਨਾਂ ਦਾ ਕੋਈ ਦੂਰ ਦਾ ਵੀ ਪੋਲੀਟੀਕਲ ਫੈਮਿਲੀ ਨਾਲ ਵਾਸਤਾ ਨਹੀਂ, ਉਹਨਾਂ ਨੂੰ ਉਰੇ ਆ ਕੇ ਇਹ ਗੱਲਾਂ ਜਦ ਪਤਾ ਲੱਗੀਆਂ ਤਾਂ ਉਹ ਤਕਲੀਫ ਤਾਂ ਇਹ ਜ਼ਰੂਰ ਹੁੰਦੀ ਆ, ਮੰਨਦੇ ਆ। ਸਿਕਿਉਰਿਟੀ ਦੇ ਐਂਗਲ ਨਾਲ ਕਈ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ, ਥਰੈਟ 'ਤੇ ਰਹਿੰਦੇ ਆ ਇਹੋ ਜਿਹੀਆਂ ਗੱਲਾਂ ਬਾਹਲਾ, ਇਸ ਕਰਕੇ ਇਸ ਗੱਲਾਂ ਦਾ ਵੀ ਬਚਾਅ ਰੱਖਣਾ ਪੈਂਦਾ। ਪਰ ਠੀਕ ਆ, ਇਹ ਡਿਵਾਈਡ ਕਰਨਾ ਪੈਂਦਾ ਸਾਰਾ ਕੁਛ, ਉਹ ਤਰੀਕੇ ਨਾਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਪਾਸੇ ਟਾਈਮ ਦਈਏ। ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਜਿੰਨਾ ਟਾਈਮ ਸਾਨੂੰ ਦੇਣਾ ਚਾਹੀਦਾ ਆਪਣੀ ਫੈਮਿਲੀ ਨੂੰ, ਬੱਚਿਆਂ ਨੂੰ, ਉਹ ਅਸੀਂ ਨਹੀਂ ਦੇ ਸਕਦੇ। ਕਦੇ ਕਦੇ ਜਿਹੜਾ ਬਜਟ ਸੈਸ਼ਨ ਹੁੰਦਾ ਉਹ ਮਹੀਨਾ ਮਹੀਨਾ ਚੱਲਦਾ ਹੈ, ਉਹਦੇ ਵਿੱਚ ਜ਼ਰੂਰ ਟਾਈਮ ਮਿਲ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਕੂਲ ਵੀ ਜਾਣਾ ਹੁੰਦਾ, ਫਿਰ ਮੇਰਾ ਸੈਸ਼ਨ ਹੁੰਦਾ। ਕੋਸ਼ਿਸ਼ ਕਰੀ ਦੀ ਹੈ ਵੀ ਸ਼ਾਮ ਨੂੰ ਕਿਤੇ ਨਾ ਕਿਤੇ ਉਸ ਦਿਨਾਂ ਦੇ ਦੌਰਾਨ ਜਿਹੜਾ ਟਾਈਮ ਜ਼ਰੂਰ ਉਹਨੂੰ ਕੱਢੀਏ। ਟਾਈਮ ਦੀ ਗੱਲ ਨਹੀਂ ਹੁੰਦੀ, ਟਾਈਮ ਕੁਆਂਟਿਟੀ ਦੀ ਗੱਲ ਨਹੀਂ ਗੀ, ਟਾਈਮ ਦੀ ਗੱਲ ਨਹੀਂ, ਗੱਲ ਕੁਆਲਿਟੀ ਟਾਈਮ ਦੀ ਆ। ਜੇ ਤੁਸੀਂ ਪੰਜ ਮਿੰਟ ਵੀ ਆ ਜਿਹੜੇ ਕੁਆਲਿਟੀ ਦੇ ਦਿਓ ਤਾਂ ਉਹਦੇ ਨਾਲ ਵੀ ਕਈ ਵਾਰ ਤਸੱਲੀ ਹੋ ਜਾਂਦੀ ਆ। ਗੱਲ ਇੰਨੀ ਆ ਨਹੀਂ, ਉਹ ਸਾਨੂੰ ਵਿੱਚ ਕੰਮਾਂ ਦਾ ਆਪਣਾ ਫਿਕਰ ਰਹਿੰਦਾ ਹੈ, ਟੈਲੀਫੋਨ ਆਈ ਜਾਂਦੇ ਆ, ਸੁਨੇਹੇ ਆਈ ਜਾਂਦੇ ਆ, ਅਤੇ ਉਹ ਜੇ ਅਸੀਂ ਉੱਥੇ ਬੈਠੇ ਵੀ ਉਹਨਾਂ ਕੋਲ, ਜੇ ਉਹ ਧਿਆਨ ਹੀ ਉੱਧਰ ਨਾ ਹੋਵੇ ਤਾਂ ਮੈਂ ਸਮਝਦਾ ਉਹਦੇ ਨਾਲ ਵੀ। ਦੇਖੋ ਇਸ ਵੇਲੇ ਮੈਂ ਤਾਂ ਇਹੋ ਜਿਹੇ ਕੋਈ ਯਾਦ ਨਹੀਂ ਮੈਨੂੰ ਆਉਂਦੇ ਸੁਨਹਿਰੇ ਪਲ, ਪਰ ਜਿਹੜਾ ਵੀ ਪਲ ਪਰਮਾਤਮਾ ਨੇ ਜਿਹੜਾ ਸਵਾਸ ਇੱਕ ਇੱਕ ਮਿੰਟ ਆ ਜਿਹੜਾ, ਮੈਂ ਉਹਨੂੰ ਸਮਝਦਾ ਵੀ ਉਹ ਸੁਨਹਿਰਾ ਹੀ ਆ, ਉਹ ਪਰਮਾਤਮਾ ਦੀ ਬਖਸ਼ਿਸ਼ ਆ। ਦੇਖੋ ਮੈਂ ਵੀ ਤੁਹਾਨੂੰ ਝੂਠ ਬੋਲਾਂ ਇਸ ਵੇਲੇ ਤਾਂ ਮੇਰੇ ਇੱਕਦਮ ਕੋਈ ਦਿਮਾਗ 'ਚ ਨਹੀਂ ਗੀ ਗੱਲ, ਜਦੋਂ ਅਗਲੀ ਇੰਟਰਵਿਊ ਹੋਏਗੀ ਤਾਂ ਜ਼ਰੂਰ ਮੈਂ ਤਿਆਰੀ ਕਰਕੇ ਇਹ ਗੱਲਾਂ ਦੇ ਤੁਹਾਡੇ ਜਵਾਬ ਦਊਂਗਾ।